ਹੈਲੋ ਦੋਸਤੋ ਜੋ ਵਿਦਿਆਰਥੀ ਪਿਛਲੇ ਸਾਲ ਪ੍ਰਮੋਟ ਹੋਏ ਸੀ ਦੂਜੇ ਦੇ ਚੌਥੇ ਸਮੈਸਟਰ ਵਿੱਚੋਂ ਉਹਨਾਂ ਦੇ ਐਗਜ਼ਾਮ ਐਤਕੀ ਗੁਨਾਲਾ ਯੂਨੀਵਰਸਿਟੀ ਨੇ ਕਿਹਾ ਵਾ ਕਿ ਉਹ ਜੇ ਦੇਣਾ ਚਾਹੁੰਦੇ ਨੇ ਐਗਜ਼ਾਮ ਦੇ ਸਕਦੇ ਨੇ ਤੇ ਜਿਹੜੇ ਗੁਨਾਲਾ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਮੋਟ ਹੋਏ ਸੀ ਉਹਨਾਂ ਨੂੰ ਐਵਰੇਜ ਮਾਰਕਸ ਦਿੱਤੇ ਗਏ ਸੀ ਜਿਹੜੇ ਪਿਛਲੇ ਸਮੈਸਟਰ ਵਿੱਚ ਉਹਨਾਂ ਦੇ ਆਏ ਆਏ ਹੋਏ ਸੀ ਤੇ ਕਈਆਂ ਦੀ ਸਪਲੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਪਲੀ ਆਪਣੀ ਕਲੀਅਰ ਕਰ ਲੈਂਦੇ ਨੇ ਤੇ ਉਹਨਾਂ ਦਾ ਰਿਜ਼ਲਟ ਸਪਲੀ ਕਲੀਅਰ ਹੋਣ ਤੋਂ ਬਾਅਦ ਜੋ ਜਿੰਨੇ ਵੀ ਉਹਨਾਂ ਦੇ ਨੰਬਰ ਬੰਦੇ ਹੋਣਗੇ ਐਵਰੇਜ ਮਾਰਕਸ ਪਿਛਲੇ ਸਮੈਸਟਰ ਦੇ ਉਹ ਲਾ ਦਿੱਤੇ ਜਾਣਗੇ ਤੇ ਹੁਣ ਗੁਣਾਣ ਯੂਨੀਵਰਸਿਟੀ ਨੇ ਪੇਪਰ ਲੈਣੇ ਸਟਾਰਟ ਕਰਤੇ ਨੇ ਕਈਆਂ ਦੇ 7 ਤਰੀਕ ਤੋਂ ਸਟਾਰਟ ਨੇ ਤੇ ਗੁਣਾਣ ਯੂਨੀਵਰਸਿਟੀ ਨੇ ਕਿਹਾ ਸੀ ਕਿ ਜਿਹੜੇ ਪੇਪਰ ਦੇਣਾ ਚਾਹੁੰਦੇ ਦੇ ਸਕਦੇ ਨੇ ਉਹ ਆਪਣੀ ਮਰਜ਼ੀ ਨਾਲ ਤੇ ਬਾਕੀ ਕਿ ਜੇ ਤੁਸੀਂ ਪੇਪਰ ਦੇ ਦੇਂਦੇ ਹੋ ਤਾਂ ਵਧੀਆ ਕਿਉਂਕਿ ਸਬਜੈਕਟ ਵਾਲੇ ਲਿਖੇ ਆ ਜਾਣਗੇ ਜੇ ਪ੍ਰੋਮੋਟਡ ਸਟੂਡੈਂਟ ਆਉਂਦਾ ਤਾਂ ਸਿੱਧੇ ਦਾ ਟੋਟਲ ਮਾਰਕਸ ਹੀ ਆਉਣਗੇ ਤੁਹਾਡੀ ਉਦੋਂ ਨੰਬਰ ਵਗੈਰਾ ਕੁਝ ਨਹੀਂ ਸ਼ੋ ਹੋਊਗਾ ਤੇ ਇਹ ਹੈ ਕਿ ਆਨਲਾਈਨ ਓਪਨ ਐਗਜ਼ਾਮ ਬੁੱਕ ਹੋਣੇ ਆ ਤੁਸੀਂ ਕਿਹੜਾ ਦੇਖ ਯਾਦ ਕਰਕੇ ਕੁਝ ਦੇਣਾ ਪੇਪਰ ਜੇ ਤੁਹਾਡੇ ਤੋਂ ਮਟੀਰੀਅਲ ਵਗੈਰਾ ਹੈਗਾ ਵਾ ਤੇ ਦੇ ਸਕਦੇ ਹੋ ਕਈਆਂ ਦੇ ਨੰਬਰ ਕਈਆਂ ਪਿਛਲੇ ਸਮੈਸਟਰਾਂ 'ਚ ਘੱਟ ਨੰਬਰ ਆਏ ਹੁੰਦੇ ਆ ਤੇ ਉਹਨਾਂ ਦੇ ਪਰਸੈਂਟੇਜ ਵੀ ਇਨਕਰੀਜ਼ ਹੋ ਸਕਦੇ ਨੇ ਤੇ ਨਾਲੇ ਇੱਕ ਸਬਜੈਕਟ ਲਿਖੇ ਆ ਜਾਣਗੇ ਤੇ ਉਹਨਾਂ ਦੇ ਉੱਪਰ ਪ੍ਰੋਮੋਟ ਵਗੈਰਾ ਨਹੀਂ ਲਿਖਿਆ ਜਾਊਗਾ ਤੇ ਬਾਕੀ ਆ ਕਿ ਇੱਕ ਡਾਊਟ ਹੈ ਸਾਰਿਆਂ ਨੂੰ ਕਿ ਜਿਹੜੀ ਡੇਟ ਸ਼ੀਟ ਉਹ ਕਿਹੜੀ ਆ ਪ੍ਰੋਮੋਟ ਸਟੂਡੈਂਟ ਦੀ ਤੇ ਵੱਖਰੀ ਆਈ ਹੋਈ ਆ ਕਿੱਦਾਂ ਵਾ ਉਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਵਾਂ ਤੇ ਤਾਂ ਮੈਂ ਡੇਟ ਸ਼ੀਟ ਤੇ ਲੈ ਕੇ ਜਾਣਾ ਵਾਂ ਤੁਹਾਨੂੰ ਦੱਸਦਾ ਕਿੰਨਾ ਕਿਹੜੀ ਡੇਟ ਸ਼ੀਟ ਪ੍ਰਮੋਟ ਸਟੂਡੈਂਟ ਦੀ ਆ ਤੇ ਪਹਿਲਾ ਪਾ ਤੁਸੀਂ ਜੀ ਐਨ ਡੀ ਯੂ ਡੇਟ ਸ਼ੀਟ ਕਲਿੱਕ ਕਰ ਦੇਣਾ ਜੀ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਨਹੀਂ ਜਾਣਾ ਮੈਂ ਤੁਹਾਨੂੰ ਸਿੱਧਾ ਡੇਟ ਸ਼ੀਟ ਤੇ ਲੈ ਜੰਨਾ ਮੰਨ ਤਾਂ ਮੈਂ ਸਲਾਈਡ ਕਰ ਦੇਣਾ ਜੀ ਉਹ ਤੋਂ ਬਾਅਦ ਆਪਾਂ ਜੇ ਪੋਸਟ ਗ੍ਰੈਜੂਏਸ਼ਨ ਵਾਲੇ ਵੀ ਆ ਸਾਰਿਆਂ ਲਈ ਸੇਮ ਹੀ ਆ ਚੀਜ਼ ਤੇ ਪ੍ਰੋਸੀਜਰ ਇੱਕੋ ਹੀ ਆ ਤੇ ਤੁਸੀਂ ਕੋਈ ਚੀਜ਼ ਨੂੰ ਦੇਖ ਲਓ ਮੈਂ ਤੁਹਾਨੂੰ ਇੱਕ ਕਲਾਸ ਲੈ ਕੇ ਦੱਸ ਦੇਣਾ ਜਿੱਦਾਂ ਮਨ ਲੋਗੀ ਬੀਏ ਲੈ ਕੇ ਦੱਸ ਦੇਣਾ ਤੁਹਾਨੂੰ ਮੈਂ ਸੌਰੀ ਇਹ ਪਿਛਲੇ ਸਾਲ ਹੋਈ ਸੀ ਪ੍ਰਮੋਟ ਦੂਜੇ ਤੇ ਚੌਥੇ ਵਾਲੇ ਕਿਉਂਕਿ 6ਵੇਂ ਸੈਮੈਸਟਰ ਦੇ ਪੇਪਰ ਹੋਏ ਸੀ ਫਾਈਨਲ ਦੇ ਜਿੱਦਾਂ ਮੈਂ ਤਾਂ ਬੀਕੌਮ ਦੀ ਲੈ ਲੈ ਦੱਸ ਦੇਣਾ ਵਾ ਕਿਉਂਕਿ ਜਿਹੜੀ ਦੂਜੀ ਬੀਏ ਬੀਐਸਸੀ ਇਕੱਠੀ ਇਕੱਠੀ ਲੱਗ ਲੱਗ ਗਿਆ ਤੇ ਮੈਂ ਤੁਹਾਨੂੰ ਬੀ ਕਾਮ ਤੇ ਲੈ ਜਾਣਾ ਪਹਿਲਾਂ ਸਭ ਤੋਂ ਡੇਟ ਸੀ ਡਾਊਨਲੋਡ ਕਰ ਲਈ ਤਾਂ ਮੈਂ ਦਿਖਾ ਦੇਣਾ ਕਿ ਕਿੰਨਾ ਕਿਹੜੇ ਪੇਪਰ ਤੁਹਾਡੇ ਹੋਣਗੇ ਜਿਹੜੇ ਵਿਦਿਆਰਥੀ ਦੂਜੇ ਦੇ ਚੌਥੇ ਸੈਮੈਸਟਰ ਵਿੱਚ ਹੋਏ ਸੀ ਪਾਸ ਤੁਸੀਂ ਦੇਖ ਸਕਦੇ ਹੋ ਬਾਕੀ ਨੂੰ ਉੱਪਰ ਲਿਖਿਆ ਆਨਲਾਈਨ ਪੇਪਰ ਹੋਣੇ ਆ ਤੇ ਜਿਹੜੇ ਵਿਦਿਆਰਥੀ ਪਿਛਲੇ ਦੂਜੇ ਸੈਮੈਸਟਰ ਵਿੱਚ ਪ੍ਰਮੋਟ ਹੋਏ ਸੀ ਹੁਣ ਚੌਥੇ ਸੈਮੈਸਟਰ ਵਿੱਚ ਹੋ ਗਏ ਨੇ ਤੇ ਜਿਹੜੇ ਇਹਨਾਂ ਦੇ ਐਗਜ਼ਾਮ ਹੋਣੇ ਚੌਥੇ ਸੈਮੈਸਟਰ ਵਾਲਿਆਂ ਦੇ ਦੂਜੇ ਸੈਮੈਸਟਰ ਦੇ ਜਿਹਕੇ ਪ੍ਰਮੋਟ ਹੋਏ ਸੀ ਉਹਨਾਂ ਦੀ ਇਹੋ ਡੇਟ ਸ਼ੀਟ ਹੈ ਜਿਹੜੇ ਦੂਜੇ ਸਮੈਸਟਰ ਦੀ ਆ ਇਹੋ ਡੇਟ ਨੂੰ ਪੇਪਰ ਹੋਣੇ ਤੁਹਾਡੇ ਵੀ ਪ੍ਰੋਮੋਟ ਸਟੂਡੈਂਟ ਦੇ ਵੀ ਇਹ ਆ ਕਿ ਤੁਹਾਨੂੰ ਵੱਖਰੀ ਕੋਈ ਡੇਟ ਸ਼ੀਟ ਨਹੀਂ ਦਿੱਤੀ ਜਾਣੀ ਜਿਹੜੀ ਤੁਹਾਡੇ ਜੂਨੀਅਰ ਦੀ ਹੋ ਡੇਟ ਸ਼ੀਟ ਆ ਉਹੋ ਹੀ ਤੁਹਾਡੀ ਰਹਿਣੀ ਆ ਦੂਜੇ ਸਮੈਸਟਰ ਵਾਲੀ ਤੇ ਜਿਹੜੇ ਹੋਏ ਸੀ ਦੂਜਾ ਹੁਣ 6ਵੇਂ ਸਮੈਸਟਰ ਵਿੱਚ ਹੋ ਗਏ ਨੇ ਵਿਦਿਆਰਥੀ ਠੀਕ ਆ ਉਹਨਾਂ ਦੇ ਆ ਚੌਥੇ ਸਮੈਸਟਰ ਵਾਲੀ ਡੇਟ ਸ਼ੀਟ ਆ ਜੀ ਪ੍ਰੋਮੋਟ ਵਾਲਿਆਂ ਦੀ ਉਹਨਾਂ ਦੇ ਆ ਤਰੀਕ ਨੂੰ ਪੇਪਰ ਹੋਣਗੇ ਤੇ ਇਹ ਗੱਲ ਕਿ ਤੁਹਾਡੀ ਕੋਈ ਵੱਖਰੀ ਡੇਟ ਸ਼ੀਟ ਨਹੀਂ ਹੋਈ ਇਹੋ ਡੇਟ ਸ਼ੀਟ ਤੁਹਾਡੀ ਹੈਗੀ ਆ ਜਿਹੜੀ ਤੁਹਾਡੇ ਪਿਛੇ ਜਿਹੜੀ ਕਲਾਸ ਵਿੱਚ ਤੁਸੀਂ ਪ੍ਰਮੋਟ ਹੋਏ ਸੀ ਉਸੇ ਕਲਾਸ ਦੀ ਡੇਟਸ਼ੀਟ ਦੇਖੋ ਉਹੀ ਤੁਹਾਡੀ ਪ੍ਰਮੋਟ ਸਟੂਡੈਂਟ ਵਾਲੀ ਜਿਹੜੇ ਹੁਣ ਤੁਹਾਡੇ ਪੇਪਰ ਹੋਣੇ ਨੇ ਨਾ ਉਹ ਹੀ ਤੁਹਾਡੀ ਡੇਟਸ਼ੀਟ ਆ ਤਾਂ ਇਹ ਕਨਫਿਊਜ਼ ਹੋਣ ਦੀ ਲੋੜ ਨਹੀਂ ਕਿ ਤੁਹਾਡੀ ਡੇਟਸ਼ੀਟ ਵੱਖਰੀ ਆਊਗੀ ਜਿਹੜਾ ਕਾਲਜ ਵਾਲੋ ਪਣ ਬਣਾਈ ਜਾਊਗੀ ਜਿਹੜੀ ਤੁਹਾਡੇ ਜਿਹੜੀ ਵੀ ਕਲਾਸ ਵਿੱਚ ਤੁਸੀਂ ਪ੍ਰਮੋਟ ਹੋਏ ਸੀ ਉਹੇ ਕਲਾਸ ਦੀ ਡੇਟਸ਼ੀਟ ਚੱਕ ਕੇ ਤੁਸੀਂ ਦੇਖ ਸਕਦੇ ਹੋ ਕਿਦਨ ਪੇਪਰ ਆ ਤੇ ਉਹ ਤਰੀਕ ਨੂੰ ਆਪਣਾ ਪੇਪਰ ਦਿਓ ਤੇ ਐਡਮਿਟ ਕਾਰਡ ਬਰ ਰੋਲ ਨੰਬਰ ਵਗੈਰਾ ਜਾਰੀ ਹੋ ਗਏ ਨੇ ਤੇ ਕੋ ਕਿਦਾਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਰੈਗੂਲਰ ਸਟੂਡੈਂਟ ਨੇ ਉਹਨਾਂ ਨੂੰ ਤਾਂ ਕਾਲਜ ਦੇ ਵਿੱਚੋਂ ਮਿਲ ਜਾਣੇ ਆ ਤੇ ਉਹ ਆਪਣੀ ਸਟੂਡੈਂਟ ਆਈਡੀ ਤੋਂ ਵੈਸੇ ਕਢਾ ਸਕਦੇ ਨੇ ਪ੍ਰਿੰਟ ਤੇ ਜਿਹੜੇ ਪ੍ਰਾਈਵੇਟ ਸਟੂਡੈਂਟ ਆ ਉਹ ਮੇਰੀ ਵੀਡੀਓ ਵੇਖ ਲੈਣ ਉਹ ਕਿਦਾਂ ਪ੍ਰਿੰਟ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਡਮਿਟ ਕਾਰਡ ਤੇ ਰੋਲ ਨੰਬਰ ਵਗੈਰਾ ਤੇ ਤੁਹਾਨੂੰ ਉਹਦੀ ਮੈਂ ਪ੍ਰੋਪਰ ਵੀਡੀਓ ਬਣਾਈ ਤੁਸੀਂ ਆਈਡੀ ਤੇ ਜਾ ਕੇ ਚੈਨਲ ਤੇ ਜਾ ਕੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਕਿਸੇ ਗੱਲ ਦਾ ਨਾਮ ਪਤਾ ਲੱਗੇ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਦਿਓ ਜੀ ਤੇ ਬਾਕੀ ਤਿਆਰੀ ਰੱਖੋ ਜੀ ਓਪਨ ਐਗਜ਼ਾਮ ਬੁੱਕ ਹੋ ਰਹੇ ਨੇ ਨੰਬਰ ਇਨਕਰੀਜ਼ ਕਰਨ ਦਾ ਬਹੁਤ ਏ ਚਾਂਸ ਏ ਮੌਕਾ ਬਾ ਵਾਰ ਵਾਰ ਨਹੀਂ ਮਿਲਣਾ ਤੇ ਆਪਣੀ ਤਿਆਰੀ ਰੱਖੋ ਜੀ ਤੇ ਮਟੀਰੀਅਲ ਵਗੈਰਾ ਇਕੱਠਾ ਕਰਕੇ ਰੱਖੋ ਤੇ ਐਗਜ਼ਾਮ ਐਗਜ਼ਾਮ ਦਿਓ ਜੀ ਤੇ ਜਿਹੜੇ ਪ੍ਰਮੋਟਿਵ ਸਟੂਡੈਂਟ ਆ ਉਹਨਾਂ ਨੂੰ ਤਾਂ ਮੇਰੇ ਕੋਲ ਅਡਵਾਈਸ ਹੈ ਕਿ ਉਹ ਪੇਪਰ ਦੇ ਦੇਣ ਇਹਦੇ ਨਾਲ ਉਹਨਾਂ ਦੀ ਨੰਬਰ ਇਨਕਰੀਜ਼ ਹੋ ਜਾਣ ਹੋ ਇਨਕਰੀਜ਼ ਹੋ ਜਾਣਗੇ ਤੇ ਨਾਲੇ ਉਹਨਾਂ ਦੇ ਸਬਜੈਕਟ ਵੀ ਲਿਖੇ ਜਾਣਗੇ ਨਹੀਂ ਤਾਂ ਐਵਰੇਜ ਮਾਰਕਸ ਤੁਹਾਡੇ ਕਾਟ ਆਊਟ ਕੱਲੇ ਲਿਖੇ ਜਾਣਗੇ ਤੇ ਨੀਚੇ ਤੁਹਾਨੂੰ ਲਿਖਿਆ ਜਾਊਗਾ ਪ੍ਰਮੋਟ ਸਟੂਡੈਂਟ ਜੇਕਰ ਜੇ ਤੁਸੀਂ ਪੇਪਰ ਦੇ ਦੇਓ ਤੁਹਾਡੇ ਤੇ ਨਹੀਂ ਲਿਖਿਆ ਜਾਊਗਾ ਪ੍ਰਮੋਟ ਸਟੂਡੈਂਟ ਤੇ ਤੁਹਾਡੇ ਨੰਬਰ ਵੀ ਲਿਖੇ ਆ ਜਾਣਗੇ ਇਨਕਰੀਜ਼ ਹੋਣ ਦੇ ਨੰਬਰ ਬਹੁਤ ਚਾਂਸ ਆ ਜੀ